ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ। ਅਤੇ ਸਵੇਰ ਹੋ ਗਈ ਹੈ ਜੀ ਨਵੀਂ, ਅਤੇ ਆਪਾਂ ਬਣਾਉਣ ਲੱਗੇ ਹਾਂ ਕੁਝ ਖਾਸ। ਖਾਸ ਤਾਂ ਕੀ ਬਣਾ ਰਿਹਾ, ਆਪਾਂ ਨਹੀਂ ਬਣਾ ਰਹੇ, ਅਵਨੂਰ ਬਣਾ ਰਿਹਾ। ਅਤੇ ਹਾਏ ਮੇਰੀ ਵੀਡੀਓ ਉੱਧਰ ਵੀ ਬਣ ਰਹੀ ਹੈ। ਅਤੇ ਕੱਲ੍ਹ ਤੁਸੀਂ ਦੇਖਿਆ ਸੀ ਰਾਤ ਨੂੰ ਅਵਨੂਰ ਨੇ ਯਿੱਪੀ ਨੂਡਲ ਬਣਾਏ ਸੀ ਨਵੇਂ ਤਰੀਕੇ ਨਾਲ, ਬਹੁਤ ਸਵਾਦ ਸੀ। ਹੁਣ ਅਵਨੂਰ ਲੱਗਾ ਕੁਝ ਸਪੈਸ਼ਲ ਬਣਾਉਣ ਵਾਸਤੇ, ਦੇਖਦੇ ਹਾਂ ਕੀ ਬਣਾ ਰਿਹਾ। ਹਾਂ ਕੀ ਬਣਾਏਗਾ ਹੁਣ? ਹਾਂਜੀ ਹੁਣ ਸੈਂਡਵਿਚ। ਸੈਂਡਵਿਚ ਆਹ ਕੌਣ ਹੈ? ਪਨੀਰ ਮਯੋਨੀਸ, ਆਹ ਚਾਰ ਚੀਜ਼ਾਂ ਕੰਮ ਆਣਗੀਆਂ। ਇਹ ਬਣਾਏਗਾ ਸੈਂਡਵਿਚ ਇਹਨਾਂ ਦੀ, ਬਾਕੀ ਸੈਲਡ ਹੋਏਗਾ। ਇਹ ਨੋਰਮਲ ਬਣਾਉਣੀ ਹੈ ਕਿ ਗ੍ਰਿਲ ਕਰਨੀ ਹੈ ਕਿ ਤਵਾ ਸੈਂਡਵਿਚ ਹੋਏਗੀ, ਕਿਹੜੀ ਹੋਏਗੀ? ਇਹ ਤਵਾ ਸੈਂਡਵਿਚ ਬਣਾਵਾਂਗੇ। ਹੂੰ ਚੀਜ਼ ਬਸ ਤਵਾ ਸੈਂਡਵਿਚ। ਅੱਛਾ ਚੀਜ਼ ਬਸ ਤਵਾ ਸੈਂਡਵਿਚ, ਕਮਾਲ। ਪਿਆਜ਼ ਕਿੰਨੇ ਦੇ ਰਹੀ ਆ ਭਾਵਲੋ? ਪਿਆਜ਼ ਦੋ ਕਰ ਦੋ, ਦੋ ਕਰ ਲੈਣੇ ਆ ਪਿਆਜ਼। ਆਪਾਂ ਵਧੀਆ ਹੈਲਪ ਕਰ ਦੋ ਉਸੇ ਮੇਰਾ। ਪਿਆਜ ਕੈਪਸੀਕਮ, ਹਾਂਜੀ ਚਲੋ ਕੱਟੋ ਕੱਟੋ ਕੱਟੋ, ਤੁਸੀਂ ਕੱਟੋ, ਜਦੋਂ ਬਣ ਜੇ ਮੈਨੂੰ ਦੱਸ ਦਿਓ, ਠੀਕ ਹੈ? ਅੱਛਾ ਮੈਂ ਵਲੌਗ ਬਣਾਵਾਂ? ਸ਼ਿਲਪਾ ਜੀ ਕੱਟੋ, ਬਾਕੀ ਮੈਂ ਕੱਟੂੰਗਾ। ਮੈਂ ਤਾਂ ਪੂਰੀ ਕਲੀਅਰ ਉਡਾ ਦਿੰਦਾ ਪਿਆਜ਼। ਕਿਰਨ ਨੇ ਕੱਟ ਕੇ ਦੇ ਦੇਣਾ ਨੇ ਪਿਆਜ਼, ਖੀਰੇ ਅਤੇ ਉਸ ਤੋਂ ਬਾਅਦ ਕਮੂਰ ਬਣਾਏਗਾ। ਦੋਨੋਂ ਕੜੇ ਦੇਖ ਰਹੇ ਨੇ ਮੈਨੂੰ, ਮੈਂ ਰਿਵਿਊ ਦਊਂਗਾ। ਇਹ ਯਾਰ ਕ੍ਰਿਸਪੀ ਨਹੀਂ ਗਾ ਜਮਾਂ ਵੀ। ਮੋਇਸਚਰ ਕਿਸ ਚੀਜ਼ ਦਾ ਹੈ? ਚੀਜ਼ ਮੈਲਟ ਮਾਈਕ੍ਰੋਵੇਵ ਵਿੱਚ ਕਰਤੀ ਸੀ, ਬ੍ਰੈਡ ਪਾ ਕੇ ਕਰਤੀ ਸੀ। ਇੱਕ ਕੰਮ ਹੋ ਸਕਦਾ ਕਿਰਨ, ਸਾਰੀਆਂ ਇੱਦਾਂ ਦੀਆਂ ਨੇ, ਇਹ ਕੰਮ ਹੋ ਸਕਦਾ ਨਹੀਂ ਹੁੰਦੀ। ਇੱਕ ਬ੍ਰੈਡ ਰੱਖੋ, ਉਹਨੂੰ ਕ੍ਰਿਸਪ ਕਰੋ, ਕਰਕੇ ਦੇਖੋ। ਐਂ ਤਾਂ ਫਿਰ ਮਜ਼ਾ ਨਹੀਂ ਆਉਣਾ, ਉਹਦੀ ਮਿਹਨਤ ਖਰਾਬ ਗਈ ਸਾਰੀ। ਉਹਨੂੰ ਏਅਰ ਫਰਾਇਰ ਦੇ ਵਿੱਚ ਕਰ ਲਓ 2 ਮਿੰਟ ਯਾਰ, ਯਾਰ ਇੱਕ ਕਰਕੇ ਦੇਖ ਲਓ ਯਾਰ, ਐਵੇਂ ਅਵਨੂਰ ਪਾ ਕੇ ਆਇਆ ਏਅਰ ਫਰਾਇਰ ਦੇ ਵਿੱਚ ਕ੍ਰਿਸਪੀ ਕਰਨ ਵਾਸਤੇ ਇਹਨਾਂ ਨੂੰ। ਅਤੇ ਜੇ ਅਵਨੂਰ ਦਾ ਕ੍ਰਿਸਪੀ ਹੋ ਜਾਂਦਾ ਫਿਰ ਮੈਂ ਵੀ ਆਪਣਾ ਕ੍ਰਿਸਪੀ ਕਰੂੰਗਾ ਇਹ ਸੈਂਡਵਿਚ। ਊਂ ਸ਼ਕਲ ਤਾਂ ਇਹਦੀ ਸੋਹਣੀ ਲੱਗ ਰਹੀ ਹੈ, ਪਰ ਢਿਲਕ ਗਿਆ ਇਹ, ਮਤਲਬ ਬਹੁਤ ਜ਼ਿਆਦਾ ਮੋਇਸਚਰ ਆ ਗਿਆ। ਲੈਟਸ ਸੀ, ਮੇਰੀ ਸਕੀਮ ਕਾਮਯਾਬ ਹੋਈ ਹੈ। ਮੈਂ ਕਹਿ ਵੀ ਰਿਹਾ ਸੀ ਫਿਰਾਂ ਨੂੰ ਵੀ ਇਹਨੂੰ ਜੇ ਢਿਲਕ ਗਿਆ ਨਾ, ਮਤਲਬ ਆਈ ਮੀਨ ਜੇ ਢਿਲਕ ਗਿਆ ਤਾਂ ਇਹਨੂੰ ਉਹ ਕਰ ਲਓ, ਏਅਰ ਫਰਾਇਰ ਕਰ ਲਓ। ਏਅਰ ਫਰਾਇਰ ਕਰਕੇ ਪੂਰਾ ਕ੍ਰਿਸਪੀ ਹੋ ਗਿਆ ਹੁਣ, ਮਤਲਬ ਹੁਣ ਖਾਣ ਦਾ ਬੜਾ ਮਜ਼ਾ ਆ ਰਿਹਾ। ਕਿਰਨ ਐਵੇਂ ਢਿਲਕਾ ਢਿਲਕਾ ਖਾ ਲੈ, ਕਿੰਨੀ ਲੁੱਕ ਕਿੰਨੀ ਪਿਆਰੀ ਆ ਰਹੀ ਹੈ, ਲੁੱਕ ਵੀ ਬੜੀ ਵਧੀਆ ਆ ਰਹੀ ਹੈ। ਪੂਰਾ ਕ੍ਰਿਸਪੀ ਹੋ ਗਿਆ ਇਹ, ਹੁਣ ਮੈਂ ਖਾਊਂਗਾ ਬਸ। ਗੁੱਡ ਮਾਰਨ, ਫਲੇਵਰ ਬਹੁਤ ਅੱਛਾ ਆ ਰਿਹਾ। ਇਹਦਾ ਕ੍ਰੈਡਿਟ ਮੈਨੂੰ ਵੀ ਜਾਂਦਾ ਹੈ, ਨਾ ਵੀ ਜਾਂਦਾ। ਹੈਵੀ ਹੈ, ਮੇਰੇ ਕਿੰਨਾ ਨਹੀਂ ਪੂਰਾ ਢਿੱਡ ਭਰ ਗਿਆ। ਹਲੋ ਖਾ ਲਓ, ਤੁਸੀਂ ਇੱਧਰ ਆਓ। ਬ੍ਰੇਕਫਾਸਟ ਕਰਕੇ ਜੀ ਆਪਾਂ, ਅਤੇ ਹੋ ਗਏ ਸੀ ਵਿਹਲੇ, ਗੱਪਾਂ ਛੱਪਾਂ ਕਰਨ ਲੱਗ ਗਏ। ਅਵਨੂਰ ਕਿਰਨ ਦਾ ਭਾਣਜਾ, ਉਹਨੂੰ ਫੋਨ ਆ ਗਿਆ ਸੀ ਉਹਦੇ ਪਾਪਾ ਦਾ, ਉਹਨੂੰ ਜਾਣਾ ਪੈ ਗਿਆ ਅਤੇ ਉਹ ਚਲਾ ਗਿਆ। ਅਤੇ ਹੁਣ ਆਪਾਂ ਚੱਲੇ ਹਾਂ ਜੀ ਗੁਰਦੁਆਰਾ ਸਿੰਘ ਸ਼ਹੀਦਾਂ, ਕਿਉਂਕਿ ਆਪਾਂ ਰੈਗੂਲਰ ਸਵੇਰ ਦੀ ਰੂਟੀਨ ਬਣਾਈ ਹੋਈ ਸਵੇਰੇ ਜਾਣ ਦੀ, ਅੱਜ ਤਾਂ ਨਹੀਂ ਜਾ ਸਕੇ ਕਿਉਂਕਿ ਰਾਤ ਗੱਪਾਂ ਛੱਪਾਂ ਮਾਰਦੇ ਰਹੇ ਅਵਨੂਰ, ਅਸੀਂ ਬੈਠ ਕੇ ਹਨਾ ਤੋਂ ਲੇਟ ਹੋ ਗਏ ਸੌਣ ਲੱਗੇ, ਅਤੇ ਹਾਸਿਆਂ ਖੇਡੀਆਂ ਪਾਉਂਦੇ ਰਹੇ। ਅਤੇ ਫਿਰ ਹੁਣ ਆਪਾਂ ਸੋਚਿਆ ਵੀ ਹੁਣ ਆਪਾਂ
ਚਲੀਏ ਗੁਰਦੁਆਰੇ ਨਾਲ ਮੱਥਾ ਟੇਕ ਕੇ ਆਉਂਦੇ ਹਾਂ ਕਿਉਂਕਿ ਰੂਟੀਨ ਹੈ ਜਾਣ ਜਾਣ ਦੀ ਤਾਂ ਜਾਣਾ ਜ਼ਰੂਰੀ ਹੈ ਹੈ ਨਾ ਜਾ ਕੇ ਆਉਂਦੇ ਹਾਂ ਉਸ ਤੋਂ ਬਾਅਦ ਬਾਕੀ ਦੇ ਕੰਮ ਕਰਾਂਗੇ ਚਲੀਏ ਫਿਰ ਚਲੋ 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 ਮਾਸਕ ਲੈ ਲਓ ਉਹ ਚੱਕ ਲਓ ਚਲੋ ਮੈਂ ਘਰ ਆ ਜਾਵਾਂਗਾ ਪਹਿਲਾਂ ਇੱਕ ਵਾਰੀ ਉੱਥੇ ਜਾ ਕੇ ਪਹਿਲਾਂ ਘਰ ਆਉਂਦਾ ਘਰ ਆਵਾਂਗਾ ਫਿਰ ਸਮਾਨ ਚੁੱਕਾਂਗਾ ਮੈਨੂੰ ਹੋਰ ਵੀ ਕੰਮ ਨੇ ਨਾ ਕੋਈ ਇੱਕ ਤਾਂ ਆਈਫੋਨ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਠੀਕ ਕਰਾਇਆ ਸੀ ਜਿਹੜਾ ਆਪਾਂ ਉਹਦੀ ਬੈਟਰੀ ਪਵਾਈ ਤਾਂ ਹੈ ਪਰ ਲੇਕਿਨ ਬੈਟਰੀ ਬੜੀ ਛੇਤੀ ਡਰੇਨ ਹੋ ਜਾਂਦੀ ਉਹਦੀ ਝੱਟ ਹੀ ਹੋ ਜਾਂਦੀ ਮਤਲਬ 5-6 ਘੰਟੇ ਬਸ ਹੁਣ ਉਹਦੀ ਬੈਟਰੀ ਚੈੱਕ ਕਰਾ ਕੇ ਆਉਣੀ ਸੀ ਬਾਈ ਤੋਂ ਵੀ ਕਿਉਂ ਡਰੇਨ ਹੋ ਰਹੀ ਹੈ ਜਾਂ ਬੈਟਰੀ ਚਲਾਉਣਾ ਜਾਂ ਕੋਈ ਹੋਰ ਉਹਦੇ ਕੋਲ ਜਾਣਾ ਪਹਿਲਾਂ ਕੋਈ ਹੋ ਆਈ ਗੁਰਦੁਆਰੇ ਕੋਲ ਜਾਂਦਾ ਜਿਹੜਾ ਰੈਡੀ ਹੋ ਗਿਆ ਪੈਕ ਡੱਬਾ ਬੰਦ ਜਾਣਾ ਚੱਲੀਏ ਚਲੋ ਬੈਠੋ ਮੇਰਾ ਸਾਈਕਲ ਇੱਥੇ ਲੱਗਾ ਵਿਚਾਰੀ ਦਾ ਕੱਲਾ ਰਹਿ ਗਿਆ ਇਸ ਕੇ ਤੋਂ ਜਿੱਦਾਂ ਹੀ ਆਪਾਂ ਸਕੂਟੀ ਲੈ ਕੇ ਰੋਡ ਦੇ ਉੱਪਰ ਚੜ੍ਹੇ ਤਾਂ ਜਦੋਂ ਤੇਲ ਦੀ ਸੂਈ ਦੇਖੀ ਤਾਂ ਸਾਨੂੰ ਲੱਗ ਗਿਆ ਡਰ ਵੀ ਇਹ ਤਾਂ ਜਮ੍ਹਾਂ ਹੀ ਖਾਲੀ ਹੈ ਬਟ ਸਾਡੀ ਨਾ ਸਕੂਟੀ ਦੀ ਜਿਹੜੀ ਤੇਲ ਵਾਲੀ ਸੂਈ ਹੈ ਉਹ ਥੋੜ੍ਹੀ ਖਰਾਬ ਹੈ ਉਹ ਦੱਸਦੀ ਸਾਨੂੰ ਕੁਛ ਹੋਰ ਹੈ ਤੇਲ ਵਿੱਚ ਹੁੰਦਾ ਲੇਕਿਨ ਫਿਰ ਵੀ ਆਪਾਂ ਰਿਸਕ ਕਿਉਂ ਲਈਏ ਹੈ ਨਾ ਰਿਸਕ ਲੈ ਲਾਂਗੇ ਤਾਂ ਰਸਤੇ 'ਚ ਖੜ ਜਾਂਗੇ ਕਿਤੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਪਵਾਇਆ ਤੇਲ ਆਹ ਦੇਖੋ ਜੀ ਮੈਂ ਤੁਹਾਨੂੰ ਪਿਛਲੇ ਵਲੋਗ ਦੇ ਵਿੱਚ ਵੀ ਦਿਖਾਇਆ ਸੀ ਕਿ ਆਹ ਨੀਚੇ ਗੁਰੂ ਮਹਾਰਾਜ ਜੀ ਦਾ ਦਰਬਾਰ ਸਜਾਇਆ ਗਿਆ ਨੀਚੇ ਵਾਲੇ ਪੋਰਸ਼ਨ ਵਿੱਚ ਉੱਪਰ ਤਾਂ ਹੈਗਾ ਆ ਨੀਚੇ ਵੀ ਬਣਾਇਆ ਗਿਆ ਉਹ ਦੇਖੋ ਕਿਰਨ ਬੈਠ ਕੇ ਪਾਠ ਕਰ ਰਹੇ ਅਤੇ ਇੱਥੇ ਕਾਫੀ ਸੰਗਤ ਬੈਠ ਕੇ ਜਪਜੀ ਸਾਹਿਬ ਜੀ ਦੇ ਨਿਤਨੇਮ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਨੇ ਕਾਫੀ ਸੰਗਤ ਇੱਥੇ ਆਉਂਦੀ ਹੈ ਪਾਠ ਕਰਨ ਲਈ ਔਰ ਇੱਥੇ ਬੈਠ ਕੇ ਆਨੰਦ ਲੈਂਦੇ ਨੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਆਨੰਦ ਆਉਂਦਾ ਸਾਨੂੰ ਇਸ ਗੁਰਦੁਆਰੇ 'ਚ ਆਉਣਾ ਮਤਲਬ ਬਹੁਤ ਜ਼ਿਆਦਾ ਅੱਛਾ ਲੱਗਦਾ ਵਾ ਕਿਉਂਕਿ ਇਸ ਗੁਰਦੁਆਰੇ 'ਚ ਨਾ ਇੱਕ ਮਤਲਬ ਇੰਨੀ ਜ਼ਿਆਦਾ ਪੋਜ਼ਿਟਿਵ ਵਾਈਬਸ ਆ ਨਾ ਸਿੰਘ ਸ਼ਹੀਦਾਂ ਦੇ ਤੁਹਾਨੂੰ ਤੁਸੀਂ ਜਾਣਦੇ ਹੋਵੋਗੇ ਕਿ ਕਿੰਨੀ ਪੋਜ਼ਿਟਿਵ ਵਾਈਬਸ ਹੁੰਦੀ ਹੈ ਇੱਥੇ ਆ ਕੇ ਨਾ ਅੰਦਰੋਂ ਇੱਕ ਐਸੀ ਫੀਲਿੰਗ ਆਉਂਦੀ ਆ ਮੈਨੂੰ ਆਉਂਦੀ ਹੈ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਨੂੰ ਇੱਦਾਂ ਦੀ ਫੀਲਿੰਗ ਆਉਂਦੀ ਹੈ ਕਿ ਜਿਵੇਂ ਨਾ ਮਤਲਬ ਮੈਂ ਹਜ਼ੂਰ ਸਾਹਿਬ ਮੱਥਾ ਟੇਕਦੀ ਹਾਂ ਕਿਉਂਕਿ ਮੈਂ ਹਜ਼ੂਰ ਸਾਹਿਬ ਜਾ ਕੇ ਆਈ ਹਾਂ ਅਤੇ ਮੈਨੂੰ ਜਿਹੜੀ ਉੱਥੇ ਜਾ ਕੇ ਇੱਕ ਫੀਲਿੰਗਸ ਆਉਂਦੀ ਸੀ ਨਾ ਮੱਥਾ ਟੇਕ ਕੇ ਹਜ਼ੂਰ ਸਾਹਿਬ ਜੋ ਦਿਲ ਤੋਂ ਇੱਕ ਰੂਹ ਜੀ ਖੁਸ਼ ਹੁੰਦੀ ਹੈ ਨਾ ਉਹ ਮੈਨੂੰ ਇੱਥੇ ਜਦੋਂ ਮੈਂ ਮੱਥਾ ਟੇਕਦੀ ਹਾਂ ਨਾ ਮੈਨੂੰ ਸੇਮ ਇੱਦਾਂ ਹੀ ਹੁੰਦਾ ਕਿ ਮੈਂ ਜਿਵੇਂ ਹਜ਼ੂਰ ਸਾਹਿਬ ਮੱਥਾ ਟੇਕ ਰਹੀ ਹਾਂ ਬਾਕੀ ਗੁਰਦੁਆਰੇ ਚਾਹੇ ਉਹ ਪਿੰਡ ਦਾ ਗੁਰਦੁਆਰਾ ਕੋਈ ਵੀ ਆ ਗੁਰਦੁਆਰੇ ਸਾਨੂੰ ਜਾਣਾ ਚਾਹੀਦਾ ਜ਼ਰੂਰ ਆਪਣੇ ਗੁਰੂ ਘਰ ਦੇ ਵਿੱਚ ਆਪਣਾ ਹਾਜ਼ਰੀ ਲਾਉਣੀ ਚਾਹੀਦੀ ਹੈ ਜਿਵੇਂ ਆਪਾਂ ਕਲਾਸ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਹਾਂ ਨਾ ਸਾਡੀ ਅਟੈਂਡੈਂਸ ਲੱਗਦੀ ਹੈ ਸੇਮ ਇੱਦਾਂ ਹੀ ਸਾਨੂੰ ਆਪਣੇ ਗੁਰੂ ਘਰ ਜਾ ਕੇ ਆਪਣੀ ਅਟੈਂਡੈਂਸ ਲਾਉਣੀ ਚਾਹੀਦੀ ਹੈ ਉਹ ਵੀ ਇਹ ਨਹੀਂ ਵੀ ਬਸ ਮੱਥਾ ਟੇਕਿਆ ਜਾਓ ਸੱਚੇ ਮਨ ਨਾਲ ਸ਼ਰਧਾ ਨਾਲ ਜਾਓ ਮਹਾਰਾਜ ਸਾਨੂੰ ਬਹੁਤ ਦਿੰਦਾ ਉਹ ਬਹੁਤ ਜ਼ਿਆਦਾ ਬੇਅੰਤ ਆ ਅਤੇ ਸਾਨੂੰ ਗੁਰੂ ਘਰ ਜਾਣਾ ਚਾਹੀਦਾ ਵਾ ਜ਼ਰੂਰ ਵਾਹਿਗੁਰੂ ਜੀ ਦੇ ਘਰ ਆਏ ਅਤੇ ਮੇਰੇ ਤੋਂ ਇੱਕ ਬਹੁਤ ਵੱਡੀ ਗਲਤੀ ਹੋ ਗਈ ਮੈਂ ਚਾਬੀ ਗਵਾ ਤੀ ਸਕੂਟੀ ਦੀ ਹੁਣ ਸਕੂਟੀ ਹੋਈ ਵੀ ਹੈ ਲੋਕ ਕਿਰਨ ਮੈਨੂੰ ਰਹੇ ਨੇ ਡਾਂਟ ਹੁਣ ਮੈਨੂੰ ਇਹ ਨਹੀਂ ਪਤਾ ਮੈਂ ਡਿੱਕੀ ਦੇ ਵਿੱਚ ਚਾਬੀ ਰੱਖ ਕੇ ਲੋਕ ਕਰਤੀ ਡਿੱਕੀ ਕਿ ਚਾਬੀ ਵਾਕਈ ਗਵਾ ਤੀ ਹੈ ਮੈਂ ਪਤਾ ਕਿ ਪਹਿਲਾਂ ਮੈਂ ਤੁਹਾਨੂੰ ਕਹਿ ਰਹੀ ਸੀ ਵੀ ਤੁਸੀਂ ਸਕੂਟੀ ਥੋੜ੍ਹੀ ਪਿੱਛੇ ਕਰ ਦਿਓ ਤੁਸੀਂ ਇਹਦੇ ਵਿੱਚ ਤਾਲੀ ਉਹਦੇ ਵਿੱਚ ਤੁਸੀਂ ਆਪ ਥੋੜ੍ਹੇ ਕਨਫਿਊਜ਼ ਹੋ ਗਏ ਨਾ ਆ ਉਹ ਤੇ ਉਤਰਿਆ ਨਹੀਂ ਗਿਆ ਮੇਰੇ ਤੋਂ ਫਟਾਫਟ ਹੈ ਨਾ ਜਿਵੇਂ ਅਟਕ ਰਿਹਾ ਸੀ ਪਰ ਮੈਂ ਗਲਤੀ ਨਾਲ ਮੈਨੂੰ ਲੱਗਦਾ ਵਿੱਚ ਹੀ ਮੈਂ ਵਿੱਚ ਸਮਾਨ ਰੱਖਿਆ ਗੱਡੀ ਦੇ ਵਿੱਚ ਫੇਸ ਮਾਸਕ ਜਿਹਾ ਮੈਂ ਰੱਖਿਆ ਤਾਂ ਮੈਨੂੰ ਲੱਗਦਾ ਮੈਂ ਵਿੱਚ ਹੀ ਚਾਬੀ ਸੱਟਤੀ ਹੈ ਜਾਂ ਦੂਸਰੇ ਨੰਬਰ 'ਤੇ ਜਾਂ ਗਵਾਤੀ ਹੈ ਦੋ ਕੰਮ ਹੋ ਸਕਦੇ ਨੇ ਹੁਣ ਫਿਰ ਮੈਂ ਔਨਲਾਈਨ ਗੂਗਲ ਤੋਂ ਨੰਬਰ ਲੱਭਿਆ ਜਿਹੜੇ ਕੀ ਮੇਕਰ ਹੁੰਦੇ ਨੇ ਚਾਬੀਆਂ ਬਣਾਉਂਦੇ ਨੇ ਅਤੇ ਉਹ ਫਿਰ ਇੱਕ ਭਾਈ ਸਾਹਿਬ ਨੂੰ ਫੋਨ ਕੀਤਾ ਉਹ ਆ ਰਹੇ ਨੇ ਇੱਥੇ ਗੁਰਦੁਆਰਾ ਸਿੰਘ ਸ਼ਹੀਦਾਂ 'ਚ ਹੀ ਆਉਣਗੇ ਪਹਿਲਾਂ ਤਾਂ ਡਿੱਕੀ ਖੋਲ੍ਹਣਗੇ ਉਹ ਜਦੋਂ ਡਿੱਕੀ ਖੋਲ੍ਹ ਕੇ ਵਿੱਚ ਚਾਬੀ ਮਿਲ ਗਈ ਫਿਰ ਤਾਂ ਚਲੋ ਬਚਾਅ ਹੋ ਜਾਣਾ ਅਤੇ ਨਹੀਂ ਤਾਂ ਫਿਰ ਚਾਬੀ ਬਣਾਉਣਗੇ ਉਹ ਚਲੋ ਜੋ ਹੁੰਦਾ ਕਿਸੇ ਚੰਗੇ ਕੰਮ ਲਈ ਹੁੰਦਾ ਸ਼ਾਇਦ ਇਹਦੇ ਵਿੱਚ ਦੇਰੀ ਦੇ ਵਿੱਚ ਕੁਛ ਪਰਮਾਤਮਾ ਨੇ ਭਲਾ ਸੋਚਿਆ ਵੀ ਸਾਡਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਵਿੱਚ ਨਾ ਇੱਕ ਆਪਣੀ ਇੱਕ ਪੋਜ਼ਿਟਿਵ ਵਾਈਬਸ ਹੈਗੀਆਂ ਨੇ ਇੱਥੇ ਕਿਉਂਕਿ ਇੱਥੇ ਬਹੁਤ ਸੰਗਤ ਆਉਂਦੀ ਹੈ ਜਿਹੜੀ ਇੱਥੇ ਆ ਕੇ ਪਾਠ ਕਰਦੀ ਹੈ ਹੁਣ ਜਿੱਥੇ ਆ ਕੇ ਪਾਠ ਇੰਨਾ ਜ਼ਿਆਦਾ ਪਾਠ ਹੋ ਰਿਹਾ ਹੋਵੇ ਸਿਮਰਨ ਹੋ ਰਿਹਾ ਹੋਵੇ ਪੋਜ਼ਿਟਿਵਿਟੀ ਤਾਂ ਉੱਥੇ ਹੋਏਗੀ ਕਿਉਂਕਿ ਇੱਥੇ ਆ ਕੇ ਸਾਨੂੰ ਨਾ ਸਾਰੀਆਂ ਸਟ੍ਰੈਸ ਟੈਨਸ਼ਨਸ ਡਿਪਰੈਸ਼ਨ ਟਾਈਪ ਦਾ ਸਭ ਦੂਰ ਹੋ ਜਾਂਦਾ ਹੈ ਨਾ ਹੁਣ ਦੇਖੋ ਚਾਬੀ ਗਵਾ ਦਈਏ ਭਾਵੇਂ ਪਰ ਐਡੀ ਕੋਈ ਸ਼ਿਕਜ਼ ਨਹੀਂ ਗੀ ਮੱਥੇ ਦੇ ਉੱਪਰ ਕੋਈ ਚੱਕਰ ਨਹੀਂ ਗਵਾ ਦਈਏ ਹੈ ਨਾ ਕੋਈ ਸਟ੍ਰੈਸ ਨਹੀਂ ਗਾ
ਉਹਦੇ ਸੋਲੂਸ਼ਨ ਹੁੰਦੇ ਨੇ, ਸੋਲੂਸ਼ਨ ਆਪਾਂ ਫੋਨ ਕਰ ਲਿਆ ਰਹੇ ਨੇ। ਅਤੇ ਬਾਕੀ ਜੇ ਤੁਹਾਨੂੰ ਵੀ ਹੈ ਨਾ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਕੁਛ ਰਹਿੰਦੀ ਹੈ, ਕੋਈ ਤੁਹਾਡੇ ਕੰਮ ਨਹੀਂ ਹੁੰਦੇ, ਸੱਚੇ ਦਿਲੋਂ ਇੱਥੇ ਆਓ, ਪਰਮਾਤਮਾ ਦੀ ਬਹੁਤ ਮਿਹਰ ਹੋਏਗੀ। ਤਕਰੀਬਨ 15 ਕੁ ਮਿੰਟ ਤੱਕ ਇੱਕ ਸਰਦਾਰ ਜੀ ਆਏ, ਇਹਨਾਂ ਨੇ ਪਹਿਲਾਂ ਕਿਹਾ ਵੀ ਇਹ ਤੁਹਾਡੀ ਨਵੇਂ ਮਾਡਲ ਦੀ ਹੈਗੀ ਹੈ ਯਾਮਾ ਫੈਸੀਨੋ, ਵੀ ਇਹਦੀ ਚਾਬੀ ਥੋੜ੍ਹੀ ਮਹਿੰਗੀ ਬਣਦੀ ਹੈ, ਪਰ ਕੋਈ ਗੱਲ ਨਹੀਂ, ਕਹਿੰਦੇ ਆਪਾਂ ਹੁਣੇ ਬਣਾ ਦਾਂਗੇ 5 ਮਿੰਟ ਦੇ ਅੰਦਰ ਅੰਦਰ। ਅੰਕਲ ਨੇ ਕਾਫੀ ਮਿਹਨਤ ਮੁਸ਼ੱਕਤ ਕੀਤੀ ਚਾਬੀ ਬਣਾਉਣ ਲਈ। ਲੋਕ ਖੋਲਿਆ ਸੀ ਜੀ ਡਿੱਕੀ ਦਾ, ਅਤੇ ਡਿੱਗੀ ਦੇ ਵਿੱਚ ਚਾਬੀ ਨਹੀਂ ਮਿਲੀ ਆਪਾਂ ਨੂੰ, ਮਤਲਬ ਹੁਣ ਇਹ ਪਰੂਫ ਹੋ ਗਿਆ ਸੀ ਕਿ ਆਪਾਂ ਚਾਬੀ ਗਵਾਤੀ ਹੈ ਕਿਤੇ। ਫਿਰ ਅੰਕਲ ਨੇ ਕੱਢੀਆਂ ਆਪਣੇ ਬੈਗ ਦੇ ਵਿੱਚੋਂ ਚਾਬੀਆਂ ਅਤੇ ਲਾਉਣ ਲੱਗ ਗਏ ਜੀ ਉਹਨੂੰ ਰੇਤੀ। ਅੰਕਲ ਤੋਂ ਬਣੀ ਨਹੀਂ ਗੱਲ, ਅੰਕਲ ਨੇ ਇੱਕ ਹੋਰ ਮਿੱਤਰ ਨੂੰ ਸੱਦਿਆ, ਉਸ ਤੋਂ ਵੀ ਨਹੀਂ ਗੱਲ ਬਣੀ। ਚਾਬੀ ਤਾਂ ਮਿਲ ਗਈ ਆਪਣੀ ਹੈ ਨਾ, ਪਰ ਮੈਂ ਕਿਹਾ ਚਲੋ ਫਿਰ ਵੀ ਬਣਵਾ ਲੈਂਦੇ ਇੱਕ ਹੋਰ, ਅੰਦਰ ਬਾਬਿਆਂ ਕੋਲ ਪਈ ਸੀ ਸਾਡੀ ਚਾਬੀ, ਲੱਭ ਗਈ ਸੀ ਅੰਦਰੋਂ ਸੇਵੇਦਾਰ ਬਾਬਾ ਜੀ ਫੜਾ ਗਏ ਸੀ ਚਾਬੀ, ਇੱਥੇ ਅੱਗ ਨਾਲੋਂ ਪਤਾ ਲੱਗ ਗਿਆ ਸੀ ਕਿ ਅਸੀਂ ਸਾਡੀ ਚਾਬੀ ਗਵਾ ਦਈਏ। ਕਹਿੰਦੇ ਨੇ ਤੂੰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਰੱਬ ਤੁਹਾਡੇ ਲਈ ਟੈਨਸ਼ਨ ਆਪ ਹੀ ਲੈਂਦਾ ਸੱਚੇ ਦਿਲੋਂ ਹੈ ਨਾ। ਅਤੇ ਦੇਖੋ ਪਰਮਾਤਮਾ ਨੇ ਚਾਬੀ ਲਵਾ ਤੀ, ਔਰ ਸਭ ਤੋਂ ਵੱਡੀ ਗੱਲ ਜਿਹੜੇ ਅੰਕਲ ਆਏ ਸੀ ਉਸ ਤੋਂ ਚਾਬੀ ਬਣੀ ਹੋਈ ਨਹੀਂ, ਉਹਨੇ ਬਹੁਤ ਜ਼ੋਰ ਲਾ ਲਿਆ, ਉਸ ਤੋਂ ਚਾਬੀ ਨਹੀਂ ਬਣੀ, ਅਤੇ ਇਹਨੇ ਚਾਬੀ ਵੀ ਮਿਲ ਗਈ। ਪਰ ਉਹਨੂੰ ਬਾਈ ਨੂੰ ਜੋ ਵੀ ਉਹਦੇ ਵੇਸਟਿੰਗ ਚਾਰਜਿਸ ਬਣਦੇ ਸੀ ਆਪਾਂ ਉਹਨੂੰ ਪੇ ਕਰਤੇ ਬਾਈ ਨੂੰ, ਅਤੇ ਹੁਣ ਆਪਾਂ ਚੱਲੇ ਹਾਂ ਰੱਬ ਦਾ ਨਾਮ ਲੈ ਕੇ, ਰੱਬ ਨੇ ਚਾਬੀ ਲਵਾ ਤੀ, ਮਤਲਬ ਟੈਨਸ਼ਨ ਹੀ ਲਈਦੀ ਹੁੰਦੀ। ਰਸਤੇ 'ਚ ਆਏ ਅਤੇ ਗੰਨੇ ਦਾ ਰਸ ਪੀਤਾ, ਬਹੁਤ ਜ਼ਿਆਦਾ ਮਜ਼ਾ ਆਇਆ ਕਿਉਂਕਿ ਇੰਨੀ ਗਰਮੀ ਹੋ ਰਹੀ ਸੀ ਨਾ, ਗੰਨੇ ਦਾ ਰਸ ਦੇਖ ਕੇ ਐਵੇਂ ਲੱਗਿਆ ਵੀ ਹੁਣ ਪੀ ਲਈਏ। ਬਿਲਕੁਲ ਘਰ ਦੇ ਨਾਲ ਹੀ ਆਪਣੇ ਇਹ ਕਨੌਟ ਪਲਾਜ਼ਾ ਸਾਹਮਣੇ ਦੇਖੋ, ਅਤੇ ਆਹ ਏਅਰਪੋਰਟ ਰੋਡ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਗਟਕਾ ਲਿਆ ਪੂਰਾ ਆਪਾਂ, ਉਹ ਚੋ ਗਿਆ ਚੋ ਗਿਆ। ਹਾਂਜੀ ਫਿਰ ਦੇਖਿਆ ਲਵਾ ਦੀ ਚਾਬੀ ਮੈਂ, ਪਰਮਾਤਮਾ ਕਹਿੰਦਾ ਨਾ ਜਦੋਂ ਸੱਚੇ ਦਿਲੋਂ ਨਾਲ ਹੁੰਦਾ ਫਿਰ ਲੱਭ ਗਈ ਨਾ, ਪਰਮਾਤਮਾ ਨੇ ਲਭਾਈ ਨਾ ਚਾਬੀ। ਜਦੋਂ ਆਪਾਂ ਮੱਥਾ ਵਗੈਰਾ ਟੇਕ ਕੇ ਉੱਠੇ ਅਤੇ ਮਤਲਬ ਮੈਂ ਸਾਈਡ 'ਤੇ ਚਲਾ ਗਿਆ ਸੀ ਉਸ ਤੋਂ ਬਾਅਦ, ਅਤੇ ਉਦੋਂ ਮੈਂ ਉੱਥੇ ਚਾਬੀ ਕਿਤੇ ਮੇਰੀ ਜੇਬ 'ਚੋਂ ਗਿਰ ਗਈ ਹੋਣੀ, ਅਤੇ ਉੱਥੇ ਜਿਹੜੇ ਸੇਵੇਦਾਰ ਹੁੰਦੇ ਨੇ ਉਹਨਾਂ ਨੇ ਚਾਬੀ ਚੱਕ ਲਈ ਸੀ, ਅਤੇ ਉਹਨਾਂ ਨੇ ਕੀ ਕੀਤਾ ਆਪਣੀ ਜੇਬ 'ਚ ਪਾ ਲਈ। ਮੈਂ ਜਦੋਂ ਪਾਰਕਿੰਗ ਦੇ ਵਿੱਚ ਸਕੂਟੀ ਚਾਬੀ ਖਿਲਾ ਰਿਹਾ ਸੀ, ਮਤਲਬ ਅੰਕਲ ਜੀ ਨੂੰ ਬੁਲਾ ਲਿਆ ਸੀ ਵੀ ਆਹ ਠੀਕ ਕਰ ਦਿਉ ਹੈ ਨਾ ਚਾਬੀ ਨਾਲ, ਚਾਬੀ ਬਣਾ ਦਿਉ। ਉੱਥੇ ਸੇਵੇਦਾਰ ਵੀ ਆਏ ਸੀ, ਸੇਵੇਦਾਰ ਕਹਿੰਦੇ ਤੁਸੀਂ ਜੋੜਾ ਘਰ ਪਤਾ ਕਰ ਲਓ, ਉੱਥੇ ਫੜਾ ਜਾਂਦੇ ਹੁੰਦੇ ਨੇ। ਅਸੀਂ ਜੋੜਾ ਘਰ ਗਏ ਪਤਾ ਕਰਨ ਵਾਸਤੇ, ਉਹ ਬਾਬੇ ਨੂੰ ਗਿਆ ਪਰ ਉੱਥੇ ਹੈ ਨਹੀਂ ਸੀ। ਫਿਰ ਉੱਥੇ ਬਾਬਿਆਂ ਨੂੰ ਲੱਗ ਗਿਆ ਹੋਣਾ ਪਤਾ ਵੀ ਕੋਈ ਮੁੰਡਾ ਚਾਬੀ ਲੱਭਦਾ ਫਿਰਦਾ, ਅਤੇ ਉਹ ਬਾਬੇ ਨੇ ਆ ਕੇ ਨਾ ਸਰ ਪਾਰਕਿੰਗ 'ਚ ਹੀ ਫੜਾ ਤੀ, ਅਤੇ ਬਾਬਾ ਜੀ ਕਹਿੰਦੇ ਵੀ ਆ ਤੁਸੀਂ ਚਾਬੀ ਉੱਥੇ ਸੱਟ ਆਏ ਸੀ, ਭੁੱਲ ਆਏ ਸੀ ਗਲਤੀ ਨਾਲ ਹੈ ਨਾ, ਜੋ ਵੀ ਮੈਂ ਫੜਦੀ ਚਾਬੀ ਬਾਬਾ ਜੀ ਤੋਂ। ਫਿਰ ਜਿਹੜਾ ਅੰਕਲ ਸੀ ਉਹ ਤੋਂ ਚਾਬੀ ਬਣੀ ਹੋਈ ਨਹੀਂ, ਉਹਨੇ 3 ਚਾਬੀਆਂ ਖਰਾਬ ਕਰਤੀਆਂ, ਮਤਲਬ ਬਣਾ ਰਿਹਾ ਸੀ ਚਾਬੀਆਂ ਉਹਦੇ ਤੋਂ ਬਣੀ ਹੋਈ ਨਹੀਂ, 3 ਚਾਬੀਆਂ ਖਰਾਬ ਕਰਤੀਆਂ। ਫਿਰ ਇਹਨੂੰ ਕੋਈ ਮੁੰਡਾ ਸੱਦਿਆ ਚਾਬੀ ਬਣਾਉਣ ਵਾਸਤੇ, ਉਹ ਮੁੰਡੇ ਤੋਂ ਵੀ ਨਹੀਂ ਬਣੀ। ਮੁੜ ਕੇ ਕਹਿੰਦਾ ਵੀ ਲਿਆਓ ਮੇਰੇ ਪੈਸੇ ਦਿਉ। ਅੰਕਲ ਨੇ ਇੱਕ ਐਕਚੁਲੀ 300 ਰੁਪਇਆ ਮੰਗਿਆ ਸੀ ਚਾਬੀ ਬਣਾਉਣ ਦਾ, ਜਦਕਿ 100-150 ਰੁਪਇਆ ਹੁੰਦਾ, ਆਪਾਂ ਪਹਿਲਾਂ ਵੀ ਬਣਾਈ ਹੈ ਪਰ ਐਮਰਜੈਂਸੀ ਮਜਬੂਰੀ 'ਚ ਫਸ ਗਏ ਸੀ, ਚਲੋ ਕੋਈ ਨਹੀਂ 500 ਮੰਗਦਾ ਉਹ ਵੀ ਦੇਣੀ ਪੈਣੀ ਸੀ ਕਿਉਂਕਿ ਫਸ ਗਏ ਸੀ। ਅਤੇ ਉਸ ਤੋਂ ਬਾਅਦ ਜਦੋਂ ਚਾਬੀ ਬਣੀ ਨਹੀਂ, ਅੰਕਲ ਕਹਿੰਦਾ ਲਿਆਓ ਪੈਸੇ ਦਿਓ। ਮੈਂ ਕਿਹਾ ਅੰਕਲ ਚਾਬੀ ਤਾਂ ਬਣੀ ਨਹੀਂ। ਚਲੋ ਇਹ ਹੈ ਉਸ ਪਰਮਾਤਮਾ ਨੇ, ਸੱਚੇ ਪਾਤਸ਼ਾਹ ਨੇ ਸਾਡੀ ਸੁਣ ਲਈ, ਸੱਚੇ ਮਨ ਨੂੰ ਕਹਿੰਦੇ ਅਰਦਾਸ ਕਰੋ ਤਾਂ ਸਭ ਗੱਲਾਂ ਪੂਰੀਆਂ ਹੁੰਦੀਆਂ ਨੇ। ਅਤੇ ਮੈਂ ਤੁਹਾਨੂੰ ਕਿਹਾ ਸੀ ਨਾ ਰੱਬ ਹੈਗਾ ਤੁਹਾਡੀ ਟੈਨਸ਼ਨ ਲੈਣ ਵਾਸਤੇ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਮੈਂ ਸਟ੍ਰੈਸ ਲਿੱਤਾ ਨਹੀਂ ਉਸ ਚੀਜ਼ ਦਾ, ਲੈਣਾ ਵੀ ਕਿਉਂ ਸਟ੍ਰੈਸ ਉਸ ਚੀਜ਼ ਦਾ, ਟੈਨਸ਼ਨ ਨਹੀਂ ਹੋਈ ਦੀ। ਅਤੇ ਉਹ ਚਾਬੀ ਆਪਾਂ ਨੂੰ ਲੱਭ ਗਈ, ਅਤੇ ਅੰਕਲ ਨੂੰ ਫਿਰ ਜੋ ਵੀ ਉਹਦੇ ਵਿਜ਼ਿਟਿੰਗ ਚਾਰਜਿਸ ਸੀ ਉਹ ਦੇਣੇ ਪਏ। ਠੀਕ ਹੈ, ਅੰਕਲ ਕਹਿੰਦਾ ਮੈਂ 200 ਰੁਪਇਆ ਦਿਓ ਮੇਰੇ ਵਿਜ਼ਿਟਿੰਗ ਚਾਰਜਿਸ ਵੀ। ਚਲੋ ਮੈਂ ਕਿਹਾ ਚਲੋ ਆਇਆ ਬੰਦਾ ਦੂਰੋਂ ਆਇਆ ਅਤੇ ਦੇਣੇ ਤਾਂ ਪੈਣਗੇ। ਉਹ ਫਿਰ ਦਿੱਤੇ ਅੰਕਲ ਨੂੰ, ਅਤੇ ਮਸਾਂ ਫਿਰ ਅਸੀਂ ਘਰ ਆਏ। ਇੰਨੀ ਗਰਮੀ, ਇਹ ਸਿਰਫ ਕਿਰਨ ਕਰਕੇ ਹੋਇਆ। ਕਿਰਨ ਨੇ ਮੈਨੂੰ ਕਿਹਾ ਸੀ, ਕਹਿੰਦੀ ਆਪਾਂ ਗੱਡੀ 'ਤੇ ਨਹੀਂ ਜਾਂਦੇ, ਸਕੂਟੀ 'ਤੇ ਜਾਂਦੇ ਹਾਂ, ਜਲਦੀ ਆ ਜਾਵਾਂਗੇ। ਜਦ ਮੈਨੂੰ ਪਤਾ ਸੀ ਗਰਮੀ ਹੈ ਜ਼ਿਆਦੀ, ਚਲੋ ਐਨੀ ਵੇਸ ਮੇਰਾ ਵੀ ਮਨ ਕਰ ਗਿਆ ਸੀ ਚਲੋ ਜਲਦੀ ਆ ਜਾਵਾਂਗੇ, ਪਰ ਔਖਾ ਬਈ ਨਾ। ਹੁਣ ਮੈਂ ਜਾਣਾ ਬਾਹਰ, ਮੈਂ ਘੰਟਾ ਕੁ ਰੈਸਟ ਕਰੂੰਗਾ, ਮੈਂ ਕੋਈ ਕੰਮ ਕਰਨਾ ਲੈਪਟੋਪ 'ਤੇ ਪਹਿਲਾਂ, ਤੋਂ ਕੰਮ ਕਰਕੇ ਫਿਰ ਮੈਂ ਬਾਹਰ ਜਾਵਾਂਗਾ, ਗੱਡੀ 'ਤੇ ਹੀ ਜਾਵਾਂਗਾ, ਭਾਵੇਂ 1 ਕਿਲੋਮੀਟਰ ਜਾਣਾ, ਆਪਣੇ ਕੋਲ ਹਿੰਮਤ ਹੈ ਨਹੀਂ ਸਕੂਟੀ 'ਤੇ ਜਾਣ ਦੀ। ਲਓ ਜੀ ਮੇਰਾ ਹੋ ਗਿਆ ਕਲਾਸ ਦਾ ਟਾਈਮ, ਅਤੇ ਮੈਂ ਚੱਕ ਲਿਆ ਆਪਣਾ ਲੈਪਟੋਪ, ਚੱਲਿਆ ਜੀ ਕਲਾਸ ਲਾਉਣ। ਚਲੋ ਅੱਜ ਤੁਹਾਨੂੰ ਵੀ
ਮਿਲਾਂ ਆਪਣੇ ਕੁਝ ਸਟੂਡੈਂਟਸ ਨਾਲ ਜਿਹੜੇ ਆਨਲਾਈਨ ਕਲਾਸਿਸ ਲੈਂਦੇ ਨੇ। ਕਰਤੀਆਂ ਲੈਟਾਂ ਔਨ। ਚਲ ਇੱਧਰ ਖੋਲ ਲਿਆ ਲੈਪਟਾਪ। HDMI ਕਨੈਕਟ, ਟੱਚ ਖੁੱਲ ਗਿਆ ਅਤੇ ਇਹ ਹੋਏ ਜੀ। ਦੇਖੋ ਟਾਈਮ 4 ਵੱਜ ਗਏ ਪੂਰੇ, ਆਪਾਂ ਟਾਈਮ ਦੇ ਬਹੁਤ ਪੰਕਚੁਅਲ ਆ। ਆਹ ਕੀ ਹੋ ਗਿਆ, ਮੀਟਿੰਗਸ ਸਟਾਰਟ। ਟੈਂ 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 ਟੈਂ। ਕਲਾਸ ਹੋ ਗਈ ਸਟਾਰਟ ਜੀ, ਆਹ ਫਿਲਹਾਲ ਮੈਂ ਕਰ ਦਿੰਦਾ ਮਿਊਟ। ਕਲਾਸ ਆਪਣੀ ਸਟਾਰਟ ਹੋ ਚੁੱਕੀ ਹੈ, ਹਾਲੇ ਤੱਕ ਜੁਆਇਨ ਨਹੀਂ ਕੀਤਾ ਮੈਮ ਨੇ। ਇਹ ਜਿਹੜੇ ਹੁਣ ਕਲਾਸ ਜੁਆਇਨ ਕਰਨਗੇ, ਇਹ ਯੂਪੀ ਗੌਰਮੈਂਟ ਦੇ ਵਿੱਚ ਡਾਇਰੈਕਟਰ ਜਨਰਲ ਨੇ, ਹੈਲਥ ਡਿਪਾਰਟਮੈਂਟ ਦੇ ਡਾਇਰੈਕਟਰ ਜਨਰਲ, ਟੋਪ ਮੋਸਟ ਪੋਸਟ ਦੇ ਨੇ ਇਹ ਯੂਪੀ ਗੌਰਮੈਂਟ ਦੇ ਵਿੱਚ। ਅਤੇ ਹੁਣ ਇਸ ਟਾਈਮ ਇਹ ਮੁੰਬਈ ਦੇ ਵਿੱਚ ਨੇ, ਆਪਣੇ ਬੇਟੇ ਦੇ ਕੋਲ ਨੇ, ਉੱਥੋਂ ਕਲਾਸ ਲੈ ਰਹੇ ਨੇ। ਅਤੇ ਮਤਲਬ ਮੈਮ ਦੀ ਏਜ ਹੈਗੀ ਤਕਰੀਬਨ 62 ਈਅਰਸ। ਮਤਲਬ ਹੁਣ ਮੈਮ ਰਿਟਾਇਰ ਹੋ ਚੁੱਕੇ ਨੇ ਐਕਚੁਅਲ ਵਿੱਚ। ਅਤੇ ਮੈਮ ਨੇ ਕਿਹਾ ਸੀ ਵੀ ਸੁਪਨਾ ਸੀ ਕਿ ਜਦੋਂ ਮੈਂ ਆਪਣੇ ਸਾਰੇ ਕੰਮਾਂ ਕਾਰਾਂ ਤੋਂ ਫ੍ਰੀ ਹੋ ਜਾਊਂਗੀ ਉਦੋਂ ਮੈਂ ਫਿਰ ਮੈਂ ਮਿਊਜ਼ਿਕ ਸਿੱਖੂੰਗੀ। ਮਤਲਬ ਏਜ ਮਿਊਜ਼ਿਕ ਦੀ ਕਦੇ ਵੀ ਨਹੀਂ ਹੁੰਦੀ, ਕੋਈ ਵੀ ਏਜ ਵਿੱਚ ਮਿਊਜ਼ਿਕ ਸਿੱਖਿਆ ਜਾ ਸਕਦਾ। ਮੈਡਮ ਹੁਣ ਇਸ ਟਾਈਮ ਮੁੰਬਈ ਦੇ ਵਿੱਚ ਬੈਠ ਕੇ ਕਲਾਸ ਲੈਣਗੇ। ਮੈਮ ਇਸ ਟਾਈਮ ਮੁੰਬਈ ਦੇ ਵਿੱਚ ਨੇ, ਵੈਸੇ ਮੈਮ ਲਖਨਊ ਤੋਂ ਨੇ ਅਤੇ ਮੁੰਬਈ ਗਏ ਹੋਏ ਨੇ ਮੈਂ ਆਪਣੇ ਬੇਟੇ ਕੋਲ, ਮੈਮ ਦਾ ਬੇਟਾ ਮੁੰਬਈ ਰਹਿੰਦਾ। ਆ ਗਈ ਮੈਡਮ, ਦਿਖਾਉਣਾ ਤੁਹਾਨੂੰ ਵੱਡੀ ਵੱਡੀ ਸਕਰੀਨ 'ਤੇ।